सब्सक्राइब करो निडर आवाज टीवी नू ते ताजा वीडियोस पाउन लई बेल दा बटन दबाओ। इस शख्स की अनोखी सेवा तो तुसी हो जाओगे हैरान। मंगल सिंह घर विच ही बूटे तैयार करके वातावरण की कर रहा है खूब सेवा। सेवा तो तुसी कई तरह की सुनी होगी, पर अज जो असी सेवा की गल करांगे वो तुहानू हैरान ते अजीब लगेगी। असी गल कर रहे हैं मंगल सिंह पिंड बठे भैणी जिला तरन तारण की, जो वातावरण प्रेमी है अते अपने घर विच ही बूटियां नूं तैयार करके तरन तारण के वख-वख पिंडां विच जिवें कि स्कूल कॉलेज जां सड़कां दे किनारे अते होरना कई जगह ते इह बूटे लगा के एक अनोखी सेवा कर रहा है, वह भी फ्री। उन्हां दा पालन पोषण भी आप ही कर रहा है, उन्हां नूं पानी देना, उन्हां दी देखभाल करना अते अपनी जिम्मेवारी समझ के कर रहा है। बीते 7 सालों तो 5000 के करीब अपने हत्थी बूटे तैयार करके लगा चुका है मंगल सिंह। जिला तरन तारण के पिंड डल विच साइकिल उत्ते पहुँचे मंगल सिंह नूं अज पिंड दे जीओ जी सतनाम सिंह अते सरकारी सीनियर सैकेंडरी स्कूल दे मैडम वालों सरोपाओ दे के इस अनोखी सेवा लई सन्मानित किया गया। इस तों इलावा जीओ जी सतनाम सिंह पिंड डल वालों इस नूं नकद भेटा दे के मंगल सिंह दा हौसला वधाया गया अते इस कार्ज की खूब सलाघा की गई। मंगल सिंह मुताबिक 40 तो 45 किलोमीटर साइकिल उपर पेंडा तय करके जदों पिंड दे स्कूल विच दस्तक दिती तां दोनों ही स्कूलों वालों उसका सन्मान किया गया अते स्कूल विच बूटे लगा के अगे तो होर बूटे लगाउण दा पिंड वासियां नाल प्रण किया गया। इस मौके पिंड वासियां ते मंगल सिंह ने की कहा तुसीं आप ही सुनो। ਕੀ ਨਾਮ ਵੀਰ ਜੀ? ਹਾਂਜੀ, ਮੰਗਲ ਸਿੰਘ ਜੀ ਮੇਰਾ ਨਾਮ। ਅਤੇ ਕੀ ਸੇਵਾ ਜਿਹੜੀ ਕਰਦੇ ਤੁਸੀਂ? ਮੈਂ ਪਿਛਲੇ 8 ਸਾਲਾਂ ਤੋਂ ਆਪਣੇ ਘਰ ਤਿਆਰ ਕਰਕੇ ਪੌਦੇ ਸਕੂਲਾਂ ਕਾਲਜਾਂ ਵਿੱਚ ਲਾਉਣ ਦੀ ਸੇਵਾ ਪਿਛਲੇ 8 ਸਾਲਾਂ ਨਿਰੰਤਰ ਕਰਦਾ ਰਿਹਾ ਜੀ। ਕੀ ਇਹ ਕਿਸ ਤਰ੍ਹਾਂ ਜਿਹੜਾ ਤੁਹਾਡੇ ਮਨ ਦੇ ਵਿੱਚ ਆਇਆ? ਮਨ ਦੇ ਵਿੱਚ ਇਸ ਤਰ੍ਹਾਂ ਕਿ ਜਿਸ ਤਰ੍ਹਾਂ ਹੁਣ ਵੇਖੋ ਧਰਤੀ ਬੰਜਰ ਆ, ਕਿਤੇ ਹਰਿਆਵਲ ਨਹੀਂ, ਕਿਤੇ ਬਾਰਿਸ਼ ਵੀ ਨਹੀਂ ਹੁੰਦੀ, ਕਿੰਨੀ ਗਰਮੀ, ਕਿੰਨੀ ਤਪਸ, ਸੜਦੇ ਹੋਈ ਧਰਤੀ। ਜੇ ਰੁੱਖ ਹੋਣਗੇ, ਹਰਿਆਵਲ ਹੋਊਗੀ ਅਤੇ ਠੰਡੀਆਂ ਹਵਾਵਾਂ ਆਉਣਗੀਆਂ ਅਤੇ ਇਹ ਜਿਹੜਾ ਸਾਨੂੰ ਜਿਹੜਾ ਅੱਜ ਸੰਤਾਪ, ਜਿਹੜਾ ਇੰਨੀ ਤਪਦੀ ਧੁੱਪ ਅਤੇ ਇੰਨੀ ਗਰਮੀ ਦਾ ਭੋਗ ਰਿਹਾ, ਇਹ ਤੋਂ ਬਚਾ ਸਕੂ। ਇਹ ਕਿਸ ਤਰ੍ਹਾਂ ਮਨ ਦੇ ਵਿੱਚ ਆਇਆ ਵਿਚਾਰ? ਬਸ ਇਹੀ ਕਿ ਜਿਹੜਾ ਆਪਾਂ ਹਾਲਾਤ ਦੇਖਦੇ, ਹਾਲਾਤਾਂ ਨੂੰ ਮੁੱਖ ਰੱਖ ਕੇ ਇਹ ਵਿਚਾਰ ਆਇਆ ਕਿ ਜੇ ਆਪਾਂ ਵੱਧ ਤੋਂ ਵੱਧ ਰੁੱਖ ਲਾਵਾਂਗੇ ਅਤੇ ਜਿਹੋ ਜਿਹੇ ਹਾਲਾਤ ਅਸੀਂ ਦੇਖ ਰਹੇ ਹਾਂ ਇਹ ਦੇਖਣ ਨੂੰ ਨਹੀਂ ਮਿਲਣਗੇ, ਹਰਿਆ ਭਰਿਆ ਪੰਜਾਬ ਦਿਖੇਗਾ। ਕਿੰਨੇ ਬੂਟਿਆਂ ਦੀ ਜਿਹੜੀ ਅੱਜ ਤੱਕ ਸੇਵਾ ਕਰ ਚੁੱਕੇ? ਮੈਂ 5 ਤੋਂ 6 ਹਜ਼ਾਰ ਬੂਟਾ ਜਿਹੜਾ ਹੁਣ ਤੱਕ ਲਾ ਚੁੱਕਿਆ ਜੀ ਅਤੇ ਉਹ ਪਲ ਚੁੱਕੇ ਆ। ਜਿਹੜਾ ਬੂਟਾ ਮੈਂ ਲਾਉਣਾ ਬੇਸ਼ੱਕ ਥੋੜ੍ਹੇ ਲਾਵਾਂ, ਥੋੜ੍ਹੇ ਕਿਉਂ ਪਾਲ ਲਵਾਂ ਉਹਨਾਂ ਨੂੰ, ਉਹਨਾਂ ਦੀ ਪਾਲਣ ਪੋਸ਼ਣ ਕਰ ਸਕਾਂ। ਜੇ ਬੂਟੇ ਪਲਦੇ ਤਾਂ ਲਾਉਣ ਦਾ ਮਕਸਦ ਪੂਰਾ ਤਾਂ ਹੀ ਹੁੰਦਾ, ਅਤੇ ਜੇ ਪਲਦੇ ਨਹੀਂ ਲਾਉਣ ਦਾ ਮਕਸਦ ਕੋਈ ਨਹੀਂ, ਇੱਕ ਫਾਰਮੈਲਿਟੀ ਲਈ ਕੰਮ ਨਾ ਕਰੋ। ਤਰਨ ਤਾਰਨ ਜ਼ਿਲ੍ਹੇ ਦੇ ਵਿੱਚ ਕਿੰਨੇ ਜਿਹੜੇ ਪਿੰਡਾਂ ਹੀ ਲਾ ਚੁੱਕੇ ਤੁਸੀਂ? ਮੈਂ ਪੱਟੀ ਏਰੀਏ ਦੇ ਘੱਟੋ ਘੱਟ 100-150 ਸਕੂਲਾਂ ਕਾਲਜਾਂ 'ਚ ਜਿਹੜੇ 25-30 ਕਿਲੋਮੀਟਰ ਦੇ ਘੇਰੇ 'ਚ ਪੈਂਦੇ ਆ, ਸਾਰੇ ਹੀ ਲਾ ਚੁੱਕਿਆ। ਹੁਣ ਜਿਹੜਾ ਅਗਲਾ ਤੁਹਾਡਾ ਮਿਸ਼ਨ ਕੀ ਹੈ? ਅਗਲਾ ਮਿਸ਼ਨ ਇਹੋ ਹੀ ਆ ਕਿ ਇਹ ਜਿਹੜੀ ਮੇਰੀ ਸੇਵਾ ਵਾ ਇਹਨੂੰ ਮੈਂ ਨਿਰੰਤਰ ਨਿਭਾਉਂਦਾ ਰਹਾਂ। ਜੇ ਮੇਰੇ ਨਾਲ ਸੱਜਣ ਮਿੱਤਰ ਜੇ ਜੁੜਦੇ ਆ ਵੱਧ ਤੋਂ ਵੱਧ, ਜੇ ਅਸੀਂ ਇਹਦਾ ਟੀਚਾ ਮਿਲ ਲਈਏ ਕਿ ਕੋਈ 10-20 ਹਜ਼ਾਰ ਜਾਂ 50 ਹਜ਼ਾਰ ਸਾਲ ਦਾ ਪੌਦਾ ਲਾਈਏ, ਤਾਂ ਸਾਰੇ ਵੀਰਾਂ ਨੂੰ ਬੇਨਤੀ ਕਿ ਅੱਗੇ ਆਉਣ, ਮੇਰਾ ਸਹਿਯੋਗ ਕਰਨ ਅਤੇ ਪੂਰਾ ਪੰਜਾਬ ਕੀ ਪੂਰਾ ਇੰਡੀਆ ਹਰੇ ਭਰੇ ਹੋ ਸਕੇ। ਅਤੇ ਜਿਹੜੇ ਤੁਸੀਂ ਕਿੱਥੋਂ ਬੂਟੇ ਕਿੱਥੋਂ ਤਿਆਰ ਲੈਂਦੇ ਹੋ ਜਾਂ ਆਪ ਕਰਦੇ ਹੋ? ਜਿਹਨੇ ਮੈਂ ਸੜਕਾਂ ਤੋਂ ਲਫਾਫੇ ਇਕੱਠੇ ਕਰਦਾ, ਜਿਹੜੇ ਲੋਕਾਂ ਨੇ ਵੇਸਟ ਕਰਕੇ ਸੁੱਟੇ ਹੁੰਦੇ ਆ ਉਹਨਾਂ ਦੇ ਵਿੱਚ, ਫਿਰ ਮਿੱਟੀ ਭਰੀ ਦੀ ਹੈ, ਬੀਜ ਲਾਈ ਦਾ, ਆਪ ਤਿਆਰ ਕਰਦਾ, ਆਪ ਪਾਲਣ ਪੋਸ਼ਣ ਕਰਦਾ। ਜਦੋਂ ਹਾਈਟ 2 ਤੋਂ 3 ਫੁੱਟ ਹੋ ਜਾਂਦੀ ਹੈ ਫਿਰ ਜਾ ਕੇ ਲਾਉਂਦਾ। ਇਹਦਾ ਖਰਚਾ ਕਿੱਥੋਂ ਹੁੰਦਾ? ਕਿਤੋਂ ਨਹੀਂ ਜੀ, ਜੇ ਮਿੱਟੀ ਵੀ ਫ੍ਰੀ ਹੈਗੀ ਆ, ਲਿਫਾਫੇ ਵੀ ਫ੍ਰੀ ਹੈਗੇ ਆ। ਜੇ ਮੈਂ ਸੋਚਾਂ ਕਿ ਮੈਨੂੰ ਕਿਤੋਂ ਕੋਈ ਮੈਨੂੰ ਸਹਿਯੋਗ ਕਰੇ, ਫਿਰ ਮੈਂ ਕੰਮ ਨਹੀਂ ਕਰ ਸਕਦਾ। ਅਤੇ ਅੱਗੇ ਵੀ ਜਿਹੜਾ ਮਿਸ਼ਨ ਇੱਦਾਂ ਫ੍ਰੀ ਚੱਲਦਾ ਰਹੂਗਾ? ਬਿਲਕੁਲ ਜੀ, ਬਿਲਕੁਲ ਫ੍ਰੀ ਚੱਲਦਾ ਰਹੇਗਾ ਜਿੰਨਾ ਚਿਰ ਤੱਕ ਜ਼ਿੰਦਗੀ ਆ। ਕੀ ਸੰਦੇਸ਼ ਦੇਣਾ ਚਾਹੁੰਦੇ? ਸੰਦੇਸ਼ ਮੈਂ ਇਹੀ ਦੇਣਾ ਚਾਹੁੰਦਾ ਸਾਰੇ ਦੇਸ਼ ਵਾਸੀਆਂ ਨੂੰ ਕਿ ਵੀਰੋ ਇਕੱਠੇ ਹੋ, ਇੱਕ ਦੂਜੇ ਦਾ ਸਹਿਯੋਗ ਕਰੋ, ਇੱਕ ਮਿਸ਼ਨ ਬਣਾਓ, ਵੱਧ ਤੋਂ ਵੱਧ ਹਰਿਆਵਲ ਅਤੇ ਜਿਹੜੀਆਂ ਸਮੱਸਿਆਵਾਂ ਉਹਨਾਂ ਨਾਲ ਜੂਝਣ ਲਈ ਅੱਗੇ ਆਈਏ। ਹਰਿਆਵਲ ਜਿਹੜੀ ਹੈ, ਜੇ ਅਸੀਂ ਵੱਧ ਤੋਂ ਵੱਧ ਹਰਿਆਵਲ ਪੈਦਾ ਕਰ ਲਵਾਂਗੇ ਅਤੇ ਬਾਰਿਸ਼ ਜਿਹੜੀ ਆ, ਬਾਰਿਸ਼ ਜਿੱਥੇ ਹਰਿਆਵਲ ਉੱਥੇ ਬੱਦਲ ਘਿਰ ਕਰ ਆਉਂਦੇ ਆ। ਜਿੰਨੀ ਜ਼ਿਆਦਾ ਹਰਿਆਵਲ ਹੋਊ ਉੰਨੀ ਜ਼ਿਆਦਾ ਬਾਰਿਸ਼ ਹੋਊਗੀ, ਜਿੰਨੀ ਹਰਿਆਵਲ ਹੋਊ ਉੰਨਾ ਅਸੀਂ ਬਿਮਾਰੀਆਂ ਤੋਂ ਬਚ ਸਕਾਂਗੇ। ਤੁਹਾਨੂੰ ਕੀ ਲੱਗਦਾ ਵੀ ਮੌਸਮ ਦੇ ਵਿੱਚ ਬੂਟੇ ਲਾਉਣ ਨਾਲ ਚੇਂਜਿੰਗ ਆਉਂਦੀ ਹੈ? ਆਉਂਦੀ ਹੈ ਜੀ, ਬਹੁਤ ਜ਼ਿਆਦਾ ਆਉਂਦੀ, ਕਿਉਂਕਿ ਸਾਡੇ ਹਾਲਾਤ ਦੱਸਦੇ ਆ ਕਿ ਬੂਟੇ ਹੈ ਨਹੀਂ,
असं जो देखते हैं असं अपने आप में उही फील करते हैं। असं इतने हरिया वाले जंगल बना के तो देखिए फिर वह जो चेहरा कुछ होर ही होगा। जो तुम कितने जाने हो तो लोगों का जो रिस्पोंस किस तरह का रहा? बड़ा वधिया जी, हर बंदा चलो बड़ा मान सम्मान करता तो हौसला अफजाई करता, जिस करके मैं अज चलिया आन दिया, जिस करके 8 साल का सफर जो तय हो चुके। अज तुम पिंड डल दे पहुंचे हो, उतों के जेड़े किस तरह का तुम बड़ा इज्जत मान दिता जी, स्कूल स्टाफ ने और पिंड वास ने सन्मानित भी किया सरपाओ दे के, तो मैं बहुत बहुत धनवाद करता उन्हों का कि जे इन्ना करते हैं तो असं अगों तो गांव में इतने आने का दोबारा फिर आखेंगे भी खुशी होंगी भी दोबारा फिर आवेंगे। जीओ जी सतराज सिंह पिंड डल, अज सू बड़ी खुशी की गल आ भी साढ़े पिंड मंगल सिंह पट्टी तो सैकल पर आए, जो कि इनू 8 साल हो गए काम करद बूटे लाद्या खुशहाल मतलब बनाने वास्ते यदी इच्छा है, यदा साही बहुत स्वागत किया भी एड्डी दूरों सैकल पर आ के स्कूल के बूटे लाने रहा, इन्हों का बहुत बहुत धन्यवाद करते हैं। यदा अगे भी अं साथ देवे होर लोगों को दसागे भी ये गरीब का साथ दे के यदी मदद की। सबसक्राइब करो निडर आवाज़ टीवी नू ते ताज़ा वीडियोज़ पाउण लई बैल का बटन दबाओ।